ਪਾਕ ਖੂਨ ਦੀ ਕਸਮ ਹੈ ਮਾਂ, ਮੈਂ ਆਪਣੀ ਜੰਨਤ ਚੱਕ ਲਾਣ ਵਾਲੇ ਦੇ ਕਰਾਂ ਨੂੰ। ਅਸਲਾਮ ਅਲੈਕੁਮ, ਹੱਸਦੇ ਰਹੋ, ਵਸਦੇ ਰਹੋ, ਜੀਂਦੇ ਰਹੋ। ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਬਾਕੀ ਸੁਲਤਾਰੇ ਦੀ ਬੜੀ ਬਿਹਤਰੀਨ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ ਅਤੇ ਉਸ ਫਿਲਮ ਦਾ ਨਾਂ ਹੈ ਕਾਲੀਆ। 6 ਅਪ੍ਰੈਲ 1984 ਬਰੋਜ਼ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਕਾਲੀਆ। ਇਸ ਫਿਲਮ ਦਾ ਟਾਈਟਲ ਰੋਲ ਅਦਾਕਾਰ ਸੁਲਤਾਨ ਰਹੀ ਨੇ ਅਦਾ ਕੀਤਾ ਹੈ ਅਤੇ ਇਸ ਫਿਲਮ ਨੇ ਗੋਲਡਨ ਜੁਬਲੀ ਕੀਤੀ ਸੀ, ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਸੀ। ਔਰ ਇਸ ਫਿਲਮ ਦੇ ਅੰਦਰ 3 ਸ਼ੇਰਾਂ ਨੇ ਕੰਮ ਕੀਤਾ ਹੈ, ਸੁਲਤਾਨ ਰਹੀ, ਮੁਸਤਫਾ ਕੁਰੇਸ਼ੀ, ਇਕਬਾਲ ਹਸਨ। ਔਰ ਇਕਬਾਲ ਹਸਨ ਨੇ ਬਤੌਰ ਵਿਲਨ ਇਸ ਫਿਲਮ ਦੇ ਅੰਦਰ ਬੜਾ ਹੀ ਅੱਛਾ ਕੰਮ ਕੀਤਾ ਹੈ। ਇਸ ਫਿਲਮ ਦੇ ਅਦਾਕਾਰ ਹਨ ਸੁਲਤਾਨ ਰਹੀ, ਨਾਜ਼ਲੀ, ਮੁਸਤਫਾ ਕੁਰੇਸ਼ੀ, ਮੁਮਤਾਜ਼, ਇਕਬਾਲ ਹਸਨ, ਸਾਵਨ, ਅਲਿਆਸ ਕਸ਼ਮੀਰੀ, ਤਲਤ ਸਦੀਕੀ, ਅਫਜ਼ਾਲ ਅਹਿਮਦ, ਹਦਾਇਤਕਾਰ ਬਹੀ ਡਾਰ, ਮਿਊਜ਼ਿਕ ਵਜਾਹਤ ਅਤਰੇ, ਲਿਖਣ ਵਾਲੇ ਸੈਯਦ ਨੂਰ ਅਤੇ ਇਹਦੇ ਫਿਲਮ ਸਾਜ਼ਨ ਫਾਰੂਕ ਮਲਿਕ, ਮੁਹੰਮਦ ਅਸਲਮ ਭੱਟ। ਜੈਸਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਸ ਫਿਲਮ ਦੇ ਅੰਦਰ ਸੁਲਤਾਨ ਰਾਏ ਨੇ ਟਾਈਟਲ ਰੋਲ ਅਦਾ ਕੀਤਾ ਹੈ ਕਾਲੀਆ ਦਾ। ਔਰ ਕੁਰਬਾਨ ਅਲੀ ਜਿਹੜਾ ਹੁੰਦਾ ਹੈ ਜੱਗੀ ਮਲਕ, ਉਸਦੇ ਦੋ ਬੇਟੇ ਹੁੰਦੇ ਨੇ, ਜਮਾਲਦੀਨ ਅਤੇ ਕਮਾਲਦੀਨ। ਜਮਾਲਦੀਨ ਮੁਸਤਫਾ ਕੁਰੇਸ਼ੀ ਹੁੰਦਾ ਔਰ ਕਮਾਲਦੀਨ ਸੁਲਤਾਨ ਰਾਏ ਹੁੰਦਾ ਹੈ। ਬਚਪਨ ਵਿੱਚ ਜਿਹੜਾ ਉਹਦਾ ਪਿਓ ਹੁੰਦਾ ਹੈ ਉਹ ਕਮਾਲਦੀਨ ਨੂੰ ਕਾਲੀਆ ਕਹਿੰਦਾ ਹੈ। ਮਾਂ ਉਹਨੂੰ ਮਨ੍ਹਾ ਵੀ ਕਰਦੀ ਹੈ ਲੇਕਿਨ ਉਹ ਕਹਿੰਦਾ ਹੈ ਮੈਂ ਇਸਨੂੰ ਕਾਲੀ ਕਮਲੀ ਵਾਲੇ ਕੋਲੋਂ ਹਾਸਲ ਕੀਤਾ ਸੀ, ਇਸ ਵਾਸਤੇ ਮੈਂ ਪਿਆਰ ਨਾਲ ਇਹਨੂੰ ਕਾਲੀਆ ਕਵਾਂਗਾ। ਇੱਕ ਹਾਦਸਾ ਹੁੰਦਾ ਔਰ ਇਸ ਹਾਦਸੇ ਦਾ ਜ਼ਿੰਮੇਦਾਰ ਅੱਕੂ ਹੁੰਦਾ ਹੈ, ਇਕਬਾਲ ਹਸਨ, ਜਿਹੜਾ ਚੌਧਰੀ ਅਲਿਆਸ ਕਸ਼ਮੀਰੀ ਦਾ ਸਾਲਾ ਹੁੰਦਾ ਔਰ ਉਹਦੀ ਦੂਜੀ ਬੀਵੀ ਦਾ ਭਰਾ ਹੁੰਦਾ ਹੈ। ਉਹਦੀ ਜਿਹੜੀ ਪਹਿਲੀ ਬੀਵੀ ਹੁੰਦੀ ਹੈ ਉਹਦੇ ਵਿੱਚੋਂ ਇੱਕ ਧੀ ਹੁੰਦੀ ਹੈ ਤਾਰਾ। ਤਾਰਾ ਦਾ ਕਿਰਦਾਰ ਅਦਾਕਾਰ ਨਾਜ਼ਲੀ ਨੇ ਅਦਾ ਕੀਤਾ ਹੈ। ਅਲਿਆਸ ਕਸ਼ਮੀਰੀ ਖੁਦਾ ਤਰਸ ਔਰ ਨੇਕ ਇਨਸਾਨ ਹੁੰਦਾ ਹੈ। ਮੈਂ ਤੇਰੇ ਅੱਗੇ ਹੱਥ ਬੰਨ੍ਹ ਕੇ ਮਿਹਨਤ ਕਰਨਾ ਵਾ, ਇੱਕ ਵਾਰੀ ਮਾਂ ਨਾਲ ਮਿਲਵਾ ਦੇ ਯਾਰ, ਮੈਂ ਉਹਦੇ ਸੀਨੇ ਨਾਲ ਲੱਗ ਕੇ ਸਿਰਫ ਉਹਨੂੰ ਇੰਨਾ ਕਹਿਣਾ ਚਾਹੁੰਦਾ ਵਾਂ। ਜਿਹੜਾ ਅੱਕੂ ਹੁੰਦਾ ਉਸਨੂੰ ਚੌਧਰੀ ਬਚਪਨ ਵਿੱਚ ਹੀ ਸ਼ਹਿਰ ਭੇਜ ਦਿੰਦਾ ਕਿਉਂਕਿ ਉਹ ਬੜਾ ਅਜੀਬ ਖਸਲਤ ਦਾ ਮਾਲਕ ਹੁੰਦਾ, ਬੁਰੇ ਬੁਰੇ ਕੰਮ ਕਰਦਾ। ਔਰ ਜਿਹੜਾ ਕਾਲੀਆ ਹੁੰਦਾ ਉਹ ਮਿਹਨਤ ਮਜ਼ਦੂਰੀ ਕਰਦਾ, ਪੜ੍ਹਾਈ ਛੋੜ ਦਿੰਦਾ ਕਿਉਂਕਿ ਉਹ ਆਪਣੇ ਭਰਾ ਨੂੰ ਪੜ੍ਹਾ ਲਿਖਾ ਕੇ ਇੱਕ ਅੱਛਾ ਇਨਸਾਨ ਬਣਾਉਣਾ ਚਾਹੁੰਦਾ ਹੈ। ਔਰ ਜਿਹੜਾ ਜਮਾਲਦੀਨ ਹੁੰਦਾ ਉਹ ਚੌਧਰੀ ਦੀ ਜਿਹੜੀ ਬੱਚੀ ਹੁੰਦੀ ਉਹਦੇ ਨਾਲ ਸਕੂਲ ਜਾਂਦਾ, ਇਸ ਵਾਸਤੇ ਉਹਨਾਂ ਦੋਨਾਂ ਦਾ ਆਪਸ ਵਿੱਚ ਪਿਆਰ ਹੋ ਜਾਂਦਾ ਹੈ। ਅੱਕੂ ਜਿਹੜਾ ਹੁੰਦਾ ਹੈ ਉਹ ਵੀ ਸ਼ਹਿਰ ਤੋਂ ਪੜ੍ਹ ਲਿਖ ਕੇ ਆ ਜਾਂਦਾ ਲੇਕਿਨ ਉਹਦੀਆਂ ਆਦਤਾਂ ਤਬਦੀਲ ਨਹੀਂ ਹੁੰਦੀਆਂ। ਮੁਮਤਾਜ਼ ਦੇ ਸਿੰਘ ਦੇ ਅੰਦਰ ਚੰਦਾ ਦਾ ਕਿਰਦਾਰ ਅਦਾ ਕੀਤਾ, ਜਿਹੜੀ ਕਮਾਰਨ ਆਉਂਦੀ ਹੈ, ਕਾਲੀਆ ਆਉਂਦਾ, ਉਹ ਕਪਾਂਡੀ ਆਉਂਦਾ, ਮਿਹਨਤ ਮਜ਼ਦੂਰੀ ਕਰਦਾ ਔਰ ਅੱਕੂ ਵਾਪਸ ਆਉਂਦਾ ਔਰ ਚੰਦਾ ਨੂੰ ਛੇੜਦਾ, ਜਿਸ ਦੀ ਵਜ੍ਹਾ ਤੋਂ ਕਾਲੀਆ ਦੇ ਨਾਲ ਉਹਦੀ ਦੁਸ਼ਮਣੀ ਦਾ ਆਗਾਜ਼ ਹੁੰਦਾ ਔਰ ਉਹ ਚੋਰੀ ਦੇ ਇਲਜ਼ਾਮ ਵਿੱਚ ਕਾਲੀਏ ਨੂੰ 6 ਮਾਹ ਵਾਸਤੇ ਜੇਲ੍ਹ ਭਿਜਵਾ ਦਿੰਦਾ ਹੈ। ਔਰ ਕਾਲੀਏ ਜਦੋਂ ਜੇਲ੍ਹ ਤੋਂ ਵਾਪਸ ਆਉਂਦਾ ਹੈ ਅੱਕੂ ਦੇ ਨਾਲ ਉਹਦੀ ਲੜਾਈ ਹੁੰਦੀ ਔਰ ਇਸ ਲੜਾਈ ਦੇ ਦੌਰਾਨ ਅੱਕੂ ਕੋਲ ਗੋਲੀ ਚੱਲ ਕੇ ਚੌਧਰੀ ਨੂੰ ਲੱਗ ਜਾਂਦੀ ਹੈ ਔਰ ਚੌਧਰੀ ਜਿਹੜਾ ਨਾ ਹਲਾਕ ਹੋ ਜਾਂਦਾ ਹੈ। ਜਿਹੜਾ ਅੱਕੂ ਹੁੰਦਾ ਉਹ ਕਾਲੀਆ ਦੇ ਉੱਤੇ ਸਾਰਾ ਇਲਜ਼ਾਮ ਲਗਾ ਦਿੰਦਾ, ਕਾਲੀਏ ਜਿਹੜਾ ਹੁੰਦਾ ਪਿੰਡ ਤੋਂ ਫਰਾਰ ਹੋ ਜਾਂਦਾ, ਪੂਰਾ ਪਿੰਡ ਉਹਦੇ ਪਿੱਛੇ ਹੁੰਦਾ ਔਰ ਉਹਨੂੰ ਪਹਾੜਾਂ 'ਚ ਪਕੜ ਕੇ ਮਾਰ ਰਹੇ ਹੁੰਦੇ ਨੇ ਔਰ ਇੱਕ ਡਾਕੂ ਆ ਜਾਂਦਾ ਸਰਦਾਰ, ਜਿਸਦਾ ਕਿਰਦਾਰ ਅਦਾਕਾਰ ਸਾਵਨ ਨੇ ਅਦਾ ਕੀਤਾ। ਉਹ ਜਿਹੜਾ ਉਹਨੂੰ ਉਹਨਾਂ ਕੋਲੋਂ ਛੁਲਾ ਕੇ ਲੈ ਜਾਂਦਾ ਔਰ ਆਪਣੇ ਗਰੋਹ 'ਚ ਸ਼ਾਮਿਲ ਕਰ ਲੈਂਦਾ। ਇੱਧਰ ਜਿਹੜਾ ਜਮਾਲਦੀਨ ਉਹ ਸ਼ਹਿਰ ਚਲਾ ਜਾਂਦਾ ਔਰ ਸ਼ਹਿਰ 'ਚ ਉਹ ਨੌਕਰੀ ਦੀ ਤਲਾਸ਼ 'ਚ ਹੁੰਦਾ
ਕਿ ਇੱਕ ਮੁਜਰਮ ਇੱਕ ਬੱਚੀ ਨੂੰ ਜਰਗਮਾਰ ਬਣਾ ਕੇ ਉਹ ਪੁਲਿਸ ਕੋਲ ਮੁਤਾਲਬਾ ਕਰ ਰਿਹਾ ਹੁੰਦਾ ਕਿ ਉਹਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਏ। ਉਹ ਜਿਹੜੀ ਬੱਚੀ ਹੁੰਦੀ ਉਹ ਇੰਸਪੈਕਟਰ ਦੀ ਬੱਚੀ ਹੁੰਦੀ ਔਰ ਇੰਸਪੈਕਟਰ ਦਾ ਕਿਰਦਾਰ ਅਦਾਕਾਰ ਸਜਾਦ ਕਿਸ਼ਵਰ ਨੇ ਅਦਾ ਕੀਤਾ ਹੈ। ਖੈਰ ਜਮਾਲਦੀਨ ਆਪਣੀ ਜਾਨ 'ਤੇ ਖੇਡ ਕੇ ਉਸ ਬੱਚੀ ਨੂੰ ਬਚਾ ਲੈਂਦਾ ਔਰ ਇਸ ਇਨਾਮ ਦੇ ਤੌਰ 'ਤੇ ਉਹਨੂੰ ਪੁਲਿਸ 'ਚ ਭਰਤੀ ਕਰ ਦਿੱਤਾ ਜਾਂਦਾ ਹੈ ਔਰ ਜਮਾਲਦੀਨ ਜਿਹੜਾ ਨਾ ਉਹ ਮੁਜਰਮਾਂ ਨੂੰ ਪਕੜਦਾ ਔਰ ਤਰੱਕੀ ਕਰਦਾ। ਰੱਬ ਦਾ ਵਾਸਤੇ ਬੂਹਾ ਖੋਲ ਦੇ ਮਾਂ, ਮੈਂ ਤੇਰੇ ਤੋਂ ਦੂਰ ਨਹੀਂ ਜਾ ਸਕਦਾ, ਮਾਂ ਮੈਂ ਤੇਰੇ ਤੋਂ ਦੂਰ ਨਹੀਂ ਜਾ ਸਕਦਾ। ਇੱਧਰ ਜਿਹੜਾ ਕਾਲੀਆ ਹੁੰਦਾ ਉਹ ਲਾ ਕੇ ਡਾਕੂ ਦੇ ਨਾਮ ਤੋਂ ਮਸ਼ਹੂਰ ਹੋ ਜਾਂਦਾ। ਇੱਧਰ ਜਿਹੜੀ ਉਹਦੀ ਮਾਂ ਹੁੰਦੀ ਹੈ ਪਿੰਡ ਵਾਲੇ ਉਹਦੇ ਨਾਲ ਹੁੱਕਾ ਪਾਣੀ ਬੰਦ ਕਰ ਦਿੰਦੇ ਨੇ, ਉਹ ਪਿਆਸੀ ਹੁੰਦੀ ਹੈ, ਉਹਨੂੰ ਕੋਈ ਖਾਣ ਪੀਣ ਵਾਸਤੇ ਨਹੀਂ ਦਿੰਦਾ। ਅਤੇ ਜਿਹੜੀ ਮਾਂ ਹੁੰਦੀ ਹੈ ਉਹ ਬਿਲਕੁਲ ਮਰਨ ਵਾਲੇ ਕਰੀਬ ਹੁੰਦੀ ਹੈ। ਅਤੇ ਜਿਹੜੀ ਚੰਦਾ ਆਉਂਦੀ ਹੈ, ਚੰਦਾ ਜਿਹੜੀ ਮੁਮਤਾਜ਼ ਹੁੰਦੀ ਹੈ, ਮੁਮਤਾਜ਼ ਇੱਕ ਮਾਰਨ ਆਉਂਦੀ ਹੈ, ਕਾਲੀਏ ਦੇ ਨਾਲ ਪਿਆਰ ਕਰਦੀ ਹੈ। ਜਦੋਂ ਚੰਦਾ ਕਾਲੀਏ ਦੀ ਮਾਂ ਦੀ ਹਾਲਤ ਵੇਖਦੀ ਹੈ ਉਹ ਪਾਲਾਂ ਜਾਂਦੀ ਔਰ ਪਾਲਾਂ ਜਾ ਕੇ ਕਾਲੀਏ ਨੂੰ ਬੁਲਾਉਂਦੀ ਹੈ ਔਰ ਬੇਹੋਸ਼ ਹੋ ਜਾਂਦੀ ਹੈ। ਡਾਕੂ ਆਉਂਦੇ ਨੇ, ਉਹਨੂੰ ਚੁੱਕ ਕੇ ਲੈ ਜਾਂਦੇ ਨੇ। ਉੱਥੇ ਉਹ ਕਾਲੀਏ ਨੂੰ ਮਿਲਦੀ ਔਰ ਕਾਲੀਏ ਨੂੰ ਸਾਰੀ ਸਿਚੁਏਸ਼ਨ ਦੱਸਦੀ ਹੈ। ਉਹ ਜਾਂਦਾ ਪੇੜ 'ਤੇ ਹਮਲਾ ਕਰਦਾ ਔਰ ਸਾਰਾ ਇਹ ਜਿਹੜਾ ਗੱਲਾਂ ਹੁੰਦਾ ਉਹ ਸਾੜਨ ਦੀ ਕੋਸ਼ਿਸ਼ ਕਰਦਾ, ਲੇਕਿਨ ਮਾਂ ਉਹਨੂੰ ਮਨਾ ਕਰਦੀ ਹੈ, ਮਾਂ ਉਹਨੂੰ ਕਹਿੰਦੀ ਹੈ ਮਾਫ਼ ਕਰ ਦੇ। ਔਰ ਇਸ ਸੀਨ ਦੇ ਅੰਦਰ ਸੁਲਤਾਨ ਰਹੀ ਨੇ ਬੜੀ ਹੀ ਜ਼ਬਰਦਸਤ ਔਰ ਬੜੀ ਸ਼ਾਨਦਾਰ ਐਕਟਿੰਗ ਦਾ ਮੁਜ਼ਾਹਰਾ ਕੀਤਾ। ਔਰ ਜਦੋਂ ਸਾਰੇ ਪਿੰਡੀ 'ਚ ਆਉਂਦੇ ਅਤੇ ਚੰਦਾ ਜਿਹੜੀ ਕੱਲੀ ਆਉਂਦੀ ਹੈ ਉਹਨੂੰ ਵੇਖ ਕੇ ਸਾਵਣ ਦੀ ਨੀਅਤ ਖਰਾਬ ਹੋ ਜਾਂਦੀ, ਉਹ ਇਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ, ਲੇਕਿਨ ਕਾਲੀਆ ਆ ਜਾਂਦਾ ਔਰ ਸਾਵਣ ਨੂੰ ਮਾਰ ਕੇ ਨਸਾ ਦਿੰਦਾ। ਇਸ ਸੀਨ ਦੇ ਅੰਦਰ ਇਕਬਾਲ ਹਸਨ ਨੇ ਵਿਲਨ ਦੇ ਰੋਲ ਵਿੱਚ ਬੜੀ ਹੀ ਜ਼ਬਰਦਸਤ ਪਰਫਾਰਮੈਂਸ ਅਦਾ ਕੀਤੀ ਹੈ। ਔਰ ਜਿਹੜਾ ਅੱਕੂ ਹੁੰਦਾ ਉਸ ਤਮਾਮ ਬੁਰੇ ਕੰਮ ਉਹ ਕਰਦੇ ਔਰ ਨਾਮ ਕਾਲੀਆ ਦਾ ਲਗਾ ਦਿੰਦੇ ਔਰ ਸਾਰੇ ਜੁਰਮ ਜਿਹੜਾ ਨਾ ਕਾਲੀਏ ਦੇ ਖਾਤੇ ਸ਼ੁਮਾਰ ਹੁੰਦੇ ਨੇ। ਜਮਾਲਦੀਨ ਦੀ ਇਹ ਡਿਊਟੀ ਲੱਗਦੀ ਹੈ ਕਿ ਉਹ ਕਾਲੀਏ ਨੂੰ ਜਾ ਕੇ ਗ੍ਰਿਫਤਾਰ ਕਰੇਗਾ, ਲੇਕਿਨ ਜਦੋਂ ਆਪਣੇ ਭਰਾ ਦੀ ਤਸਵੀਰ ਵੇਖਦਾ ਉਹਨੂੰ ਯਕੀਨ ਨਹੀਂ ਆਉਂਦਾ। ਆਖਿਰ ਅਫਸਰਾਂ ਦੇ ਮਜਬੂਰ ਕਰਨ 'ਤੇ ਨੂਰਪੁਰ ਆ ਜਾਂਦਾ ਔਰ ਆ ਕੇ ਉਹ ਜਿਹੜਾ ਕਾਲੀਆ ਹੁੰਦਾ ਉਹ ਗ੍ਰਿਫਤਾਰੀ ਦੀ ਕੋਸ਼ਿਸ਼ ਕਰਦਾ। ਜਿਹੜੀ ਤਾਰਾ ਹੁੰਦੀ ਹੈ, ਤਾਰਾ ਜਿਹੜਾ ਨਾ ਉਹ ਜਮਾਲਦੀਨ ਨਾਲ ਪਿਆਰ ਕਰਦੀ ਹੈ ਔਰ ਜਿਹੜਾ ਅੱਕੂ ਹੁੰਦਾ ਉਹਦੇ ਨਾਲ ਜ਼ਬਰਦਸਤੀ ਸ਼ਾਦੀ ਕਰਨਾ ਚਾਹੁੰਦਾ, ਉਹਦੀ ਸਾਰੀ ਜਾਇਦਾਦ 'ਤੇ ਕਬਜ਼ਾ ਕਰ ਲੈਂਦਾ। ਔਰ ਜਦੋਂ ਕਾਲੀਏ ਨੂੰ ਇਹ ਪਤਾ ਚੱਲਦਾ ਕਿ ਜਿਹੜਾ ਅੱਕੂ ਹੈ ਉਹ ਉਹਦੇ ਨਾਲ ਜ਼ਬਰਦਸਤੀ ਸ਼ਾਦੀ ਕਰ ਰਿਹਾ। ਔਰ ਨਾਜ਼ਰੀਨ ਇੱਕ ਸੀਨ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਇੱਕ ਬੜਾ ਹੀ ਜਾਨਦਾਰ ਔਰ ਬੜਾ ਹੀ ਅੱਛਾ ਸੀਨ ਹੁੰਦਾ ਜਦੋਂ ਸੁਲਤਾਨ ਰਹੀ ਆਪਣੀ ਮਾਂ ਦੇ ਨਾਲ ਮਿਲਣ ਆਉਂਦੇ ਔਰ ਮਾਂ ਦਰਵਾਜ਼ਾ ਬੰਦ ਕਰ ਲੈਂਦੀ ਹੈ। ਔਰ ਇਸ ਸੀਨ ਦੇ ਅੰਦਰ ਸੁਲਤਾਨ ਰਹੀ ਨੇ ਕਮਾਲ ਦੀ ਐਕਟਿੰਗ ਕੀਤੀ ਔਰ ਮੈਂ ਕਹਿਣਾ ਕਿ ਬੇਈ ਡਾਲ ਸਾਹਿਬ ਨੇ ਸੁਲਤਾਨ ਰਹੀ ਕੋਲੋਂ ਬੜੇ ਕਮਾਲ ਦੇ ਐਕਸਪ੍ਰੈਸ਼ਨ ਲਿੱਤੇ ਨੇ, ਬੜਾ ਕਮਾਲ ਦਾ ਕੰਮ ਲਿੱਤਾ। ਔਰ ਤਲਤ ਸਦੀਕੀ ਨੇ ਵੀ, ਤਲਤ ਸਦੀਕੀ ਨੇ ਪੂਰੀ ਫਿਲਮ ਦੇ ਅੰਦਰ ਬੜਾ ਹੀ ਬਿਹਤਰੀਨ ਕੰਮ ਕੀਤਾ ਔਰ ਇਹ ਸਾਬਤ ਕੀਤਾ ਕਿ ਤਲਤ ਸਦੀਕੀ ਵਾਕਈ ਇੱਕ ਬਾਈ ਸਟਾਈਲ ਫਨਕਾਰਾ ਸਨ। ਅੱਕੂ ਜਿਹੜਾ ਹੁੰਦਾ ਉਹ ਜ਼ਬਰਦਸਤੀ ਤਾਰਾ ਦੇ ਨਾਲ ਸ਼ਾਦੀ ਕਰਦਾ। ਜਦੋਂ ਕਾਲੀਏ ਨੂੰ ਪਤਾ ਚੱਲਦਾ ਹੈ ਕਿ ਜਿਹੜੀ ਜਮਾਲ ਉਹਦੇ ਵੀਰ ਦੀ ਪਸੰਦ ਹੈ ਉਹਦੇ ਨਾਲ ਅੱਕੂ ਜ਼ਬਰਦਸਤੀ ਸ਼ਾਦੀ ਕਰ ਰਿਹਾ, ਉਹ ਆਉਂਦਾ ਅਤੇ ਤਾਰਾ ਨੂੰ ਚੁੱਕ ਕੇ ਲੈ ਜਾਂਦਾ। ਉਹ ਰਸਤੇ 'ਚ ਮਾਂ ਆ ਜਾਂਦੀ ਔਰ ਮਾਂ ਨੂੰ ਮਨਾ ਕਰਦੀ ਹੈ ਕਿ ਪਿੰਡ ਦੀ ਇੱਜ਼ਤ ਹੈ, ਲੇਕਿਨ ਕਾਲੀਆ ਉਹਨੂੰ ਕਹਿੰਦਾ ਇਹ ਮੇਰੇ ਭਰਾ ਦੀ ਪਸੰਦ ਹੈ। ਮਾਂ ਕਾਲੀਏ ਨੂੰ ਮਜਬੂਰ ਕਰਦੀ ਹੈ ਕਿ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇ। ਉਹ ਮਾਂ ਦੇ ਕਹਿਣ 'ਤੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦਾ। ਔਰ ਜਦੋਂ ਉਹਨੂੰ ਸ਼ਹਿਰ ਮੁੰਤਕਲ ਕਰਨ ਦਾ ਇਰਾਦਾ ਹੁੰਦਾ ਅਤੇ ਉਹ ਦਰਖਾਸਤ ਕਰਦਾ ਕਿ ਮੈਨੂੰ ਮਾਂ ਨੂੰ ਆਖਰੀ ਵਾਰ ਮਿਲਣ ਦਿੱਤਾ ਜਾਏ। ਇੱਧਰ ਜਿਹੜਾ ਅੱਕੂ ਹੁੰਦਾ ਉਹਦੇ ਕਾਰ 'ਤੇ ਹਮਲਾ ਕਰਦਾ, ਉਹਦੀ ਮਾਂ ਨੂੰ ਜ਼ਖਮੀ ਕਰਕੇ ਉਹਦੇ ਕਾਰ ਨੂੰ ਅੱਗ ਲਗਾ ਦਿੰਦਾ ਔਰ ਜਿਹੜੀ ਚੰਦਾ ਹੁੰਦੀ ਉਸ ਨੂੰ ਗੋਲੀ ਮਾਰ ਦਿੰਦਾ ਔਰ
ਜਦੋਂ ਕਾਲੀਆ ਮਾਂ ਨੂੰ ਮਿਲਣ ਆਉਂਦਾ ਔਰ ਤਾਰਾ ਉਹਨੂੰ ਮਰਨ ਤੋਂ ਪਹਿਲੇ ਸਾਰੀ ਹਕੀਕਤ ਦੱਸ ਦਿੰਦੀ ਹੈ। ਉਹ ਆਪਸ ਹੀ ਲੜਾਈ ਕਰਦੇ ਨੇ ਔਰ ਇਸ ਲੜਾਈ ਦੇ ਦੌਰਾਨ ਜਿਹੜਾ ਅੱਕੂ ਆਉਂਦਾ ਉਹ ਮਾਰਿਆ ਜਾਂਦਾ ਔਰ ਕਾਲੀਆ ਵੀ ਮਾਰਿਆ ਜਾਂਦਾ। ਬੜੀ ਜ਼ਬਰਦਸਤ ਫਿਲਮ ਹੈ, ਬੜੀ ਸ਼ਾਨਦਾਰ ਫਿਲਮ ਹੈ। ਇਸ ਫਿਲਮ ਦੇ ਅੰਦਰ ਸੁਲਤਾਨ ਰਹੀ ਨੇ ਵਾਕਈ ਆਪਣੀ ਜ਼ਿੰਦਗੀ ਦਾ ਲਾਜਵਾਬ ਕੰਮ ਕੀਤਾ ਹੈ। ਇਕਬਾਲ ਹਸਨ ਨੇ ਬੜਾ ਅੱਛਾ ਕੰਮ ਕੀਤਾ ਹੈ ਔਰ ਤਲਤ ਸਦੀਕੀ ਨੇ ਖਾਸ ਤੌਰ 'ਤੇ ਬੜਾ ਹੀ ਸ਼ਾਨਦਾਰ ਕੰਮ ਕੀਤਾ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ। ਵਈ ਡਾਰ ਨੇ ਸਾਰੇ ਐਕਟਰਾਂ ਕੋਲੋਂ ਬੜਾ ਅੱਛਾ ਕੰਮ ਲਿੱਤਾ ਹੈ। ਬੜੀ ਜ਼ਬਰਦਸਤ ਫਿਲਮ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।